सब्सक्राइब करें न्यूज 89 चैनल को और बेल आइकन दबाना ना भूलें सबसे तेज सबसे पहले खबरें देखने के लिए। धन्यवाद। आज राजपुरा के जाने माने होंडा के शोरूम एवॉन होंडा में एक समारोह का आयोजन किया गया। मौका था 4G एक्टिवा स्कूटर के बाद अब 5G एक्टिवा को लॉन्च करने का। इस मौके पर शोरूम में रखे गए होंडा एक्टिवा 5G की लॉन्चिंग के मौके पर जहां एवॉन होंडा का सारा स्टाफ मौजूद था, वहीं इसे देखने व खरीदने वाले लोगों को भी इस 5G एक्टिवा होंडा को देखने के लिए काफी उत्साह देखने को मिला। इस 5G होंडा एक्टिवा को लॉन्च करने के मौके पर विशेष तौर पर एवॉन होंडा पहुंचे डॉक्टर व समाज सेवी श्री विजय जिंदल व श्री मोहनलाल चावला ने पहले रिबन काटकर व नए 5G होंडा एक्टिवा से पर्दा उठाकर इसे लॉन्च करने के बाद केक काटने की रस्म को भी बखूबी अदा किया। इस मौके पर जहां मुख्य मेहमान डॉक्टर विजय जिंदल ने न्यूज 89 से बात की, वहीं आज एवॉन होंडा में नए एक्टिवा 5G में कंपनी ने क्या नए फीचरों के साथ इसे मार्केट में उतारा है के बारे में एवॉन होंडा के मैनेजर श्री हरमन ने हमें पूरी जानकारी दी। आइए पहले हम जान लेते हैं नए होंडा एक्टिवा 5G में क्या नई खूबियां हैं। सर की नाम जी अपना? हरमनप्रीत सिंह। एक एजेंसी का की नाम है? एवॉन होंडा राजपुरा। आज की फंक्शन की रखे सर? आज एक्टिवा 5G दी लॉन्च सेरेमनी है ਜਿਹਦੇ ਵਿੱਚ ਅਸੀਂ ਨਵਾਂ ਮਾਡਲ ਐਕਟਿਵਾ ਹੋਂਡਾ ਦਾ ਇਹ ਕਿਹਨਾਂ ਨੇ ਲਾਂਚ ਕੀਤਾ? ਕਿਹਨਾਂ ਲਾਂਚ ਕੀਤਾ ਜੀ ਸਰ? ਇਹਦੇ ਵਿੱਚ ਡਾਕਟਰ ਜਿੰਦਲ ਤੇ ਮਿਸਟਰ ਮੋਹਨ ਲਾਲ ਚਾਵਲਾ ਜੀ ਜਿਹੜੇ ਕਿ ਇਸ ਟਾਈਮ ਤੇ ਗਏ ਪ੍ਰੈਜ਼ੈਂਟ। ਤੇ ਤੁਸੀਂ ਮੈਨੂੰ ਇਹਦੇ ਫੀਚਰ ਵਗੈਰਾ ਬਾਰੇ ਦੱਸੋ। ਬਿਲਕੁਲ, ਮੈਂ ਤੁਹਾਨੂੰ ਦੱਸ ਦਿੰਦਾ। ਨਵੀਂ ਐਕਟਿਵਾ 5G ਹੈ ਸਰ, ਜਿਹਦੇ ਵਿੱਚ ਨਵੇਂ LED ਲੈਂਪਸ ਨੇ, ਉਸ ਤੋਂ ਨਾਲ ਇਹਦੇ ਵਿੱਚ ਦੋ ਮਾਡਲ ਆ ਗਏ, ਸਟੈਂਡਰਡ ਪਲੱਸ ਡੀਲਕਸ। ਪਹਿਲਾਂ ਸਟੈਂਡਰਡ ਆਉਂਦਾ ਸੀ ਜਿਹਦੇ ਵਿੱਚ ਡੀਲਕਸ ਆ ਗਏ। ਡੀਲਕਸ ਦੇ ਵਿੱਚ ਸਰ ਇਹਦੇ ਵਿੱਚ ਹੁਣ ਡਿਜੀਟਲ ਮੀਟਰ ਐਡ ਹੋ ਗਿਆ ਜਿਹੜਾ ਕਿ ਇਹਦੀ ਲੁੱਕ ਨੂੰ ਹੋਰ ਐਨਹਾਂਸ ਕਰਦਾ ਹੈ। ਤੁਸੀਂ ਦੇਖ ਸਕਦੇ ਹੋ ਇੰਟਰ ਡਿਸਪਲੇ ਪਲੱਸ ਫੀਚਰ ਇਹਦੇ ਵਿੱਚ ਇਹ ਹੈ ਕਿ ਇਹ ਇਸ ਦੇ ਨਾਲ ਨਾਲ ਹੁਣ ਇਹ ਸਰਵਿਸ ਦਾ ਵੀ ਇੰਡੀਕੇਟਰ ਦੇਗਾ। ਠੀਕ ਹੈ ਜੀ, ਮਤਲਬ ਜਿਸ ਟਾਈਮ ਇਹਦੀ ਸਰਵਿਸ ਡਿਊ ਹੋਏਗੀ? ਬਿਲਕੁਲ, ਸਰਵਿਸ ਡਿਊ ਹੋਏਗੀ ਤਾਂ ਸਰਵਿਸ ਦਾ ਇੰਡੀਕੇਟਰ ਦੇਗਾ। ਉਸ ਤੋਂ ਇਲਾਵਾ 4-in-1 ਸੀਟ ਓਪਨਿੰਗ ਸਵਿਚ ਆਇਆ ਜਿਹੜਾ ਇਹਦੇ ਵਿੱਚ ਨਵੀਂ ਟੈਕਨੀਕ ਆਈ ਹੈ। ਵਾਰ ਵਾਰ ਚਾਬੀ ਕੱਢਣ ਦੀ ਜ਼ਰੂਰਤ ਨਹੀਂ ਹੈ। ਠੀਕ ਹੈ ਜੀ, ਇੱਥੇ ਹੀ ਤੁਸੀਂ ਸੀਟ ਇਹਦੇ ਬਟਨ ਦਬ ਕੇ ਆਨ ਕਰ ਸਕਦੇ ਹੋ। ਤੇ ਜਿਹੜੀ 4G ਐਕਟਿਵਾ ਸੀਗੀ ਤੇ 5G, ਇਹਨਾਂ 'ਚ ਰੇਟ ਦਾ ਕਿੰਨਾ ਡਿਫਰੈਂਸ ਹੈ? ਸਰ ਰੇਟ ਜੇ ਤੁਸੀਂ ਡਿਲਕਸ ਮਾਡਲ ਲੈਂਦੇ ਹੋ ਤਾਂ ਪਹਿਲਾਂ 51,000 ਸੀ, ਹੁਣ 54,200 ਪ੍ਰਾਈਸ ਆਏਗਾ। ਉਸ ਤੋਂ ਇਲਾਵਾ ਸਟੈਂਡਰਡ ਦੇ ਵਿੱਚ ਸਿਰਫ 52,000 ਕੀਮਤ ਹੀ ਹੈ। ਤੇ ਇਹਦੇ ਵਿੱਚ ਕਲਰ ਕਿਹੜੇ ਕਿਹੜੇ? ਕਲਰ ਇਹਦੇ ਵਿੱਚ 8 ਕਲਰ ਹੋ ਗਏ ਨੇ ਸਰ, ਜਿਹਦੇ ਵਿੱਚ ਐਡੀਸ਼ਨ ਕਲਰ ਯੈਲੋ ਹੈ। ਉਸ ਤੋਂ ਇਲਾਵਾ ਸਰ ਮੈਟ ਦੇ ਵਿੱਚ 2 ਕਲਰ ਤਾਂ ਆਉਂਦੇ ਆਉਂਦੇ ਆ। ਕੋਈ ਤੁਸੀਂ ਆਪਣੇ ਮਤਲਬ ਕਸਟਮਰਸ ਨੂੰ ਕੋਈ ਫਾਈਨੈਂਸ ਦੀ ਸੁਵਿਧਾ ਵੀ ਦੇ ਰਹੇ ਹੋ? ਬਿਲਕੁਲ 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 ਸਰ। ਕੀ ਸੁਵਿਧਾ ਹੈਗੀ ਸਰ? ਉਹਦੇ ਵਿੱਚ ਹਲੇ ਫਿਲਹਾਲ 3999 ਦੀ ਲੋ ਡਾਊਨ ਪੇਮੈਂਟ ਚੱਲ ਰਹੀ ਜਿਹਦੇ ਵਿੱਚ ਤੁਸੀਂ ਐਕਟਿਵਾ ਪਰਚੇਜ਼ ਕਰ ਸਕਦੇ ਹੋ। ਠੀਕ ਹੈ, ਘੱਟ ਤੋਂ ਘੱਟ ਕਾਗਜ਼ੀ ਕਾਰਵਾਈ ਹੈ ਤੇ ਲੋ ਜਿਹੜੀ ਘੱਟ ਤੋਂ ਘੱਟ ਤੁਹਾਡੇ ਉਹਦੇ ਵਿੱਚ ਫਾਈਨੈਂਸ ਦਾ ਜਿਹੜਾ ਵਿਆਜ ਪਏਗਾ। ਹੋਰ ਕੋਈ ਦੇ ਖਾਸ ਕੋਈ ਫੀਚਰ? ਉਸ ਤੋਂ ਇਲਾਵਾ ਸਰ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ, ਤੁਸੀਂ ਦਿਖਾ ਸਕਦੇ ਇੱਕ ਵਾਰ ਮੈਂ? ਠੀਕ ਹੈ, ਇਹਦੇ ਵਿੱਚ ਸਰ ਈਕੋਮੀਟਰ ਹੈ। ਈਕੋਮੀਟਰ ਜਦੋਂ ਵੀ ਮਚੇਗਾ ਇਹ ਬੈਟਰ ਐਵਰੇਜ ਕੱਢੇਗਾ। ਉਸ ਤੋਂ ਇਲਾਵਾ ਫਰੰਟ ਤੇ ਇੱਕ ਹੁੱਕ ਆ ਗਈ ਹੈ, ਤੁਹਾਨੂੰ ਸਮਾਨ ਰੱਖਣ ਲਈ ਜ਼ਿਆਦਾ ਸਹੂਲੀਅਤ ਮਿਲ ਗਈ ਹੈ। ਠੀਕ ਹੈ ਜੀ, ਸਵਿਚ ਦਿਖਾ ਸਕਦੇ ਹਾਂ ਸਰ? ਸਵਿਚ ਨਾਲ ਤੁਸੀਂ ਸੀਟ ਓਪਨ ਕਰ ਸਕਦੇ ਹੋ। ਅੰਡਰ ਸਟੋਰੇਜ ਬੈਟਰ ਹੈ। ਇਹਦੀ ਐਵਰੇਜ ਵਗੈਰਾ ਦੀ? ਐਵਰੇਜ 60 ਦੀ ਹੈ ਸਰ, ਤੁਹਾਨੂੰ ਦੇਗੀ ਈਕੋਮੀਟਰ ਜਦੋਂ ਵੀ ਆਨ ਹੋ ਰਹੇਗਾ, ਤੁਹਾਨੂੰ ਬੈਟਰ ਐਵਰੇਜ ਦੇਗਾ। ਠੀਕ ਹੈ, ਵੈਰੀ ਨਾਈਸ, ਪੋਲਿਊਸ਼ਨ ਫ੍ਰੀ totally. I congratulate the Honda and the patrons of Honda on the launching of this new version 5G. Dr. S.K. Sharma, Senior DM for Oriental Insurance. Oriental Insurance. Sir, ਅੱਜ ਜਿਹੜੀ ਉਰੇ ਲਾਂਚਿੰਗ ਕੀਤੀ ਗਈ ਹੈ ਐਕਟਿਵਾ ਦੀ 5G ਦੀ, ਉਸ ਬਾਰੇ ਤੁਹਾਡਾ ਕੀ ਕਹਿਣਾ ਹੈ? ਅੱਜ ਦੀ ਜਿਹੜੀ ਲਾਂਚਿੰਗ ਹੈ ਇਹਦਾ ਕ੍ਰੈਡਿਟ A1 Honda ਨੂੰ ਜਾਂਦਾ। ਇਹਨਾਂ ਨੇ ਲੇਟੈਸਟ ਟੈਕਨੀਕ ਪ੍ਰੋਵਾਈਡ ਕੀਤੀ ਹੈ ਰਾਜਪੁਰਾ ਨਿਵਾਸੀਆਂ ਨੂੰ, ਔਰ ਕੋਈ ਵੀ ਨਵੀਂ ਟੈਕਨੀਕ ਤੋਂ ਜ਼ਿਆਦਾ ਉਹਦੀ ਸਾਂਭ ਸੰਭਾਲ ਵਾਸਤੇ ਅਸੀਂ ਇੰਸ਼ੋਰੈਂਸ ਵਾਲੇ ਬੈਠੇ ਹਾਂ। ਅਤੇ ਜਿਹੜੀ ਨਵੀਂ ਟੈਕਨੀਕ ਦਾ ਫਾਇਦਾ ਡੈਫੀਨੇਟਲੀ ਇੱਥੇ ਦੇ ਲੋਕਲ ਯੰਗ ਜਨਰੇਸ਼ਨ ਨੂੰ ਹੋਏਗਾ। ਈਜ਼ੀ ਟੂ ਯੂਜ਼, ਈਜ਼ੀ ਟੂ ਵਰਕ, ਔਰ ਮੋਰ ਐਫੀਸ਼ੀਐਂਸੀ, ਬੈਟਰ ਦੈਨ ਐਨੀ ਅਦਰ ਪ੍ਰੋਡਕਟ ਆਫ ਦੀ 2-wheeler। ਡੈਫੀਨੇਟਲੀ ਦੀ ਵੇ ਦੇ ਆਰ ਮਾਰਸ, ਦੀ ਵੇ ਦੇ ਆਰ ਪਰਫਾਰਮਿੰਗ ਇਨ ਦੀ ਏਰੀਆ, ਡੈਫੀਨੇਟਲੀ ਕ੍ਰੈਡਿਟ ਗੋਜ਼ ਟੂ A1 Honda। राजपुरा से कैमरामैन ललित कुमार के साथ मीडिया पर्सन संदीप चौधरी, न्यूज 89।
सब्सक्राइब करें न्यूज 89 चैनल को और बेल आइकन दबाना ना भूलें सबसे तेज सबसे पहले खबरें देखने के लिए। धन्यवाद।